ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰਿਕ ਪਰੰਪਰਾਵਾਂ ਨੂੰ ਬਣਾਏ ਰੱਖਾਂਗੇ। ਅੱਜ ਹੁਸ਼ਿਆਰਪੁਰ ਪ੍ਰਸ਼ਾਸਨ ਨੇ ਸਚਦੇਵਾ ਸਟੋਕਸ ਅਤੇ ਫਿਟ ਬਾਈਕਰਸ ਕਲੱਬ ਦੇ ਨਾਲ ਮਿਲ ਕੇ ਇੱਕ ਸਾਈਕਲ ਰੈਲੀ ਕੱਢੀ ਹੈ, ਇਹ ਆਪਣੇ ਵੋਟਰਸ ਨੂੰ ਅਵੇਅਰ ਕਰਨ ਦੇ ਲਈ ਕਿ ਆਉਣ ਵਾਲੀ 1 ਜੂਨ ਨੂੰ ਅਸੀਂ ਵੋਟ ਜ਼ਰੂਰ ਪਾਈਏ। ਮੈਂ ਬਤੌਰ ਡਿਪਟੀ ਕਮਿਸ਼ਨਰ ਇੱਕ ਵਾਰੀ ਫਿਰ ਹੁਸ਼ਿਆਰਪੁਰ ਦੇ ਸਾਰੇ ਹੀ ਵੋਟਰਸ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟ ਜ਼ਰੂਰ ਪਾਈਏ। ਅਸੀਂ ਇਹ ਵੋਟ ਆਪਣੇ ਬੂਥ ਦੇ ਉੱਤੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਪਾ ਸਕਦੇ ਨੇ। ਅੱਜ ਦੀ ਇਸ ਸਾਈਕਲ ਰੈਲੀ ਦੇ ਵਿੱਚ ਵੀ ਕਰੀਬ 150 ਸਾਈਕਲਿਸਟ ਨੇ ਜੋ ਕਿ ਰੋਜ਼ਾਨਾ ਹੀ ਸਾਈਕਲ ਕਰਦੇ ਨੇ ਅਤੇ ਇਸ ਸਾਈਕਲ ਰੈਲੀ ਦੇ ਰਾਹੀਂ ਵੋਟਰਸ ਨੂੰ ਅਵੇਅਰ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਸਚਦੇਵਾ ਸਟੋਕਸ ਅਤੇ ਫਿਟ ਇਹਨਾਂ ਦੀ ਟੀਮ ਵੱਲੋਂ ਬਹੁਤ ਸਾਰੀ ਵੋਟਰ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਨੇ। ਅੱਜ ਇੱਕ ਵਾਰੀ ਫਿਰ ਅਸੀਂ ਤੁਹਾਡੇ ਨਾਲ ਆ ਕੇ ਇਹ ਬੇਨਤੀ ਕਰ ਰਹੇ ਹਾਂ ਕਿ ਪਲੀਜ਼ ਆਉਣ ਵਾਲੀ 1 ਜੂਨ ਨੂੰ ਅਸੀਂ ਆਪਣੀ ਵੋਟ ਜ਼ਰੂਰ ਪਾਈਏ। ਅਸੀਂ ਪਿਛਲੇ ਦਿਨ ਹੀ ਮੈਂ ਲਗਾਤਾਰ ਸਾਡੇ ਮੈਂਬਰਸ ਵੀ ਲਗਾਤਾਰ ਅਖਬਾਰਾਂ 'ਚ ਦੇਖ ਰਹੇ ਵੀ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਜ਼ਿਆਦਾ ਐਫਰਟਸ ਕਰ ਰਿਹਾ, ਜਿਹੜੀਆਂ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ, ਉਹਨਾਂ ਨੂੰ ਵੋਟ ਪਰਸੈਂਟੇਜ ਨੂੰ ਵੱਧ ਤੋਂ ਵੱਧ ਕਰਨ ਵਾਸਤੇ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਲਗਾਤਾਰ ਦੇਖਣ 'ਚ ਆ ਰਿਹਾ। ਅਤੇ ਸਾਡੇ ਕਲੱਬ ਨੇ ਇਹ ਫੈਸਲਾ ਲਿਆ ਵੀ ਇਹ ਜਿਹੜਾ ਵੋਟ ਪਰਸੈਂਟੇਜ ਵਧਾਉਣ ਦਾ ਜਿਹੜਾ ਟੀਚਾ ਐਡਮਿਨਿਸਟ੍ਰੇਸ਼ਨ ਵੱਲੋਂ ਹੈ, ਸਾਨੂੰ ਵੀ ਉਹਦੇ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ। ਔਰ ਅੱਜ ਅਸੀਂ ਫਿਟ ਬਾਈਕਰ ਕਲੱਬ ਵੱਲੋਂ 26 ਮਈ ਨੂੰ ਇੱਕ ਪੂਰੇ ਸ਼ਹਿਰ ਦੇ ਵਿੱਚ ਸਾਈਕਲ ਰੈਲੀ ਕਰ ਰਹੇ ਹਾਂ, ਜਿਹਦੇ ਵਿੱਚ ਮੈਡਮ ਡੀ ਸੀ ਕੋਮਲ ਮਿੱਤਲ ਜੀ ਇਹਨੂੰ ਫਲੈਗ ਆਫ ਵੀ ਕਰਨਗੇ ਔਰ ਨਾਲ ਸਾਡੇ ਨਾਲ ਪੂਰੇ ਸ਼ਹਿਰ 'ਚ ਰਾਈਡ ਵੀ ਕਰਨਗੇ। ਪੰਜਾਬ ਮਨਾਏਗਾ ਚੋਣਾਂ ਦਾ ਪਰਵ 1 ਜੂਨ 2024 ਨੂੰ।